ਹਾਜੀਪੁਰ ਦੇ ਪਿੰਡ ਸਵਾਰ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਪੰਚਾਇਤ ਦੀ ਗਲੀਆਂ ਬਾਰੇ ਸੀ। ਜਦੋਂ ਅਸੀਂ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜੋ ਵੀਡੀਓ ਵਾਇਰਲ ਹੋਈ ਸੀ ਉਹ ਫੇਕ ਹੈ, ਜੋ ਗਲੀਆਂ ਦਾ ਕੰਮ ਚੱਲ ਰਿਹਾ ਹੈ ਉਹ ਪੰਚਾਇਤ ਹੀ ਕਰਵਾ ਰਹੀ ਹੈ। ਕੀ ਕਹਿੰਦੇ ਨੇ ਸਰਪੰਚ, ਤੁਸੀਂ ਆਪ ਹੀ ਸੁਣ ਲਓ। ਸਰਪੰਚ ਸਾਹਿਬ, ਇੱਕ ਬੜੀ ਵੀਡੀਓ ਵਾਇਰਲ ਹੋਈ ਹੈ ਵੀ ਜਿਹੜਾ ਪਿੰਡ ਸਵਾਰ ਵਿੱਚ ਜਿਹੜਾ ਇੱਕ ਗਲੀ ਜਿਹੜੀ ਬਹਿ ਗਈ ਸੀ ਪਾਣੀ ਦੇ ਕਾਰਨ, ਇੱਕ ਵਿਅਕਤੀ ਨੇ ਪਾਈ ਹੈ ਵੀ ਉਹ ਜਿਹੜੀ ਗਲੀ ਹੈ ਵੀ ਉਹ ਪਿੰਡ ਦਾ ਜਿਹੜਾ ਸਰਪੰਚ ਦਾ ਕੋਈ ਰੋਲ ਨਹੀਂ ਹੈਗਾ ਉਹਦੇ ਵਿੱਚ, ਜਿਹੜਾ ਪੰਚਾਇਤ ਨਹੀਂ ਕੰਮ ਕਰਾ ਰਹੀ, ਉਹ ਸਿਰਫ ਪਿੰਡ ਦੇ ਵਾਸੀ ਕਰਵਾ ਰਹੇ। ਤੁਹਾਡਾ ਕੀ ਕਹਿਣਾ ਦੁਆਰੇ? ਹਾਂਜੀ, ਉਹ ਪੰਚਾਇਤ ਹੀ ਕੰਮ ਕਰਾ ਰਹੀ ਹੈ। ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਹਦਾ ਕੀ ਰੋਲ ਹੈ? ਉਹ ਮੁੰਡਾ ਵੀ ਨਸ਼ੇ ਪੱਤੇ ਜਿਹੇ ਕਰਦਾ, ਹੁਣ ਸਾਡੇ ਨਾਲ ਇੱਕ ਪੰਚਾਇਤ ਜਿਹੀ ਹੋਈ ਸੀਗੀ, ਆਹੀ ਉਹਦੇ ਮਤਲਬ ਵੀ ਉਹਨੇ ਕਿਸੇ ਨੂੰ ਮਾਰਿਆ ਕੁੱਟਿਆ ਸੀਗਾ, ਉਹਦਾ ਅਸੀਂ ਫੈਸਲਾ ਜਿਹਾ ਕਰਾਇਆ ਸੀਗਾ ਵੀ ਇਹ ਮੁੰਡਾ ਗਲਤ ਹੈ, ਇਹ 'ਚ ਇਰਾਦਾ ਲੜਦੀ ਹੈ ਇਹ। ਇਹ ਤੁਹਾਡੇ ਨਾਲ ਰੰਜਿਸ਼ ਕੱਢ ਰਿਹਾ ਪੁਰਾਣੀ ਕੋਈ? ਹਾਂਜੀ ਹਾਂਜੀ, ਅਤੇ ਇਹਨੇ ਇਹ ਕਿਹਾ ਵੀ ਇਹਨੇ ਫਿਰ ਸਾਡੀ ਵੀ ਇਹਨੇ ਸਾਡੀ ਮਾਫ਼ੀ ਮੇਰੇ ਤੋਂ ਮੰਗਵਾਈ ਸੀਗੀ ਅਤੇ ਸਰਪੰਚ ਨੂੰ ਕਿਸੇ ਤਰ੍ਹਾਂ ਬਦਨਾਮ ਕਰੀਏ, ਅਤੇ ਇਹਨੇ ਫਿਰ ਗਲਤ ਇਹਨੇ ਵੀਡੀਓ ਬਣਾ ਕੇ ਨਾ ਵਾਇਰਲ ਕਰਤੀ। ਇਹ ਜਿਹੜੀ ਇਹ ਲੇਬਰ ਉੱਥੇ ਲੱਗੀ ਗਈ, ਉਹਨੂੰ ਪੰਚਾਇਤ ਪੈਸੇ ਦੇ ਰਹੀ ਹੈ? ਹਾਂਜੀ, ਪੰਚਾਇਤ ਹੀ ਪੈਸੇ ਦੇ ਰਹੀ ਹੈ। ਇਹ ਵੀ ਬਿਲਕੁਲ ਇਹ ਵੀਡੀਓ ਗਲਤ ਹੈ ਜਿਹੜੀ ਇਹਨੇ ਮੁੰਡੇ ਨੇ ਪਾਈ ਹੈ, ਵੀਡੀਓ ਗਲਤ ਪਾਈ ਆ ਵੀ ਇਹ ਸਿਰਫ ਪੰਚਾਇਤ ਨੇ ਪੈਸੇ ਦੇਣੇ ਆ, ਪਿੰਡ ਦੇ ਕਿਸੇ ਬੰਦੇ ਨੇ ਨਹੀਂ ਪੈਸੇ ਦੇਣੇ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਇਹੀ ਕਰਦੇ ਵੀ ਸਾਨੂੰ ਭਾਈ ਅਨਿਆਏ ਮਿਲਣੇ ਚਾਹੀਦਾ ਹੈ, ਠੀਕ ਹੈ ਨਾ? ਠੀਕ ਹੈ ਜੀ। ਹਾਂਜੀ, ਇਹ ਪੰਚਾਇਤ ਦਾ ਕੰਮ ਹੈ, ਕਿਸੇ ਪਿੰਡ ਦਾ ਹੈ ਨਹੀਂ ਕੰਮ, ਕਿਸੇ ਪਿੰਡ ਦੇ ਨਹੀਂ ਲਾਏ। ਇੱਕ ਵਾਰੀ ਇਦਾਂ ਦੇ ਦੇ, ਚੱਲ ਬਸ ਆਪਣੇ ਸਾਰੇ ਵੀਰ ਮੇਰੇ ਇਕੱਠੇ ਹੋ ਕੇ ਪੂਰਨ ਲੱਗੇ ਆ, ਸਰਪੰਚ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ, ਠੀਕ ਹੈ ਜੀ? ਇਹ ਮੇਰੇ ਵੀਰਾਂ ਦੀ ਸੇਵਾ ਗੀ, ਜਿੱਥੇ ਤੱਕ ਵੀਡੀਓ ਪੁੱਜਦੀ ਹੈ ਜ਼ਰੂਰ ਪਹੁੰਚਾਇਓ ਮੇਰੇ ਵੀਰ। ਭਾਅ ਜੀ, ਕੀ ਨਾਂ ਆਪਣਾ? ਜਤਿੰਦਰ ਸਿੰਘ। ਭਾਅ ਜੀ, ਤੁਸੀਂ ਆ ਪਿੰਡ ਦੇ ਜਿਹੜੀ ਗਲੀ ਰੋੜਨ ਦੀ ਜਿਹੜੀ ਵਾਇਰਲ ਹੋਈ ਵੀਡੀਓ, ਇੱਕ ਉੱਥੇ ਕੰਮ ਕਰ ਰਹੇ ਹੋ? ਹਾਂਜੀ। ਕੀ ਇਹ ਜਿਹੜਾ ਕੰਮ ਹੈ ਪੰਚਾਇਤ ਵੱਲੋਂ ਹੋ ਰਿਹਾ ਜਾਂ ਪਿੰਡ ਵਾਲੇ ਪਾਸੇ ਕਰਾ ਰਹੇ? ਇਹ ਪੰਚਾਇਤ ਵੱਲ ਹੋ ਰਿਹਾ ਜੀ। ਅੱਛਾ ਜੀ, ਇਹ ਜਿਹੜਾ ਮਾਲ ਸੁੱਟਿਆ ਤੁਸੀਂ ਕਦੋਂ ਦਾ ਸੁੱਟ ਰਹੇ ਇੱਥੇ? ਇਹ ਮਾਲ 4 ਦਿਨ ਹੋ ਗਏ ਸੁੱਟਦਾ ਜੀ। ਇੱਕ ਬੜੀ ਵੀਡੀਓ ਵਾਇਰਲ ਹੋਈ ਹੈ ਵੀ ਜਿਹੜਾ ਪੰਚਾਇਤ ਨਹੀਂ ਕਰ ਰਹੀ ਹੈ, ਜਿਹੜੀ ਸੇਵਾ ਕਰ ਰਹੀ ਹੈ, ਉਹ ਕੀ ਮਾਮਲਾ? ਉਹ ਮਾਮਲਾ ਕੁਝ ਨਹੀਂ ਜੀ, ਇੱਕ ਸਦਾਈ ਇੱਥੇ ਆਇਆ ਸੀ, ਉਹ ਧੋਖੇ ਜੀ ਵੀਡੀਓ ਬਣਾ ਗਿਆ ਉੱਥੇ, ਅਸੀਂ ਆਪ ਆਪਣਾ ਮਜ਼ਾਕ ਕਰਦੇ ਪਏ ਸੀ ਅਖਬਾਰਾਂ ਅਖਬਾਰਾਂ ਕਰਕੇ, ਉਹ ਬਣਾ ਕੇ ਅੱਗੇ ਪਾ ਗਿਆ, ਸਾਨੂੰ ਪਤਾ ਨਹੀਂ ਲੱਗਿਆ ਉਹਦੇ ਬਾਰੇ। ਮਤਲਬ ਤੁਹਾਡੇ ਕਹਿਣ ਤੋਂ ਭਾਵ ਹੈ ਜਿਹੜਾ ਕੰਮ ਇਹ ਸਰ ਪੰਚਾਇਤ 'ਚ ਕਰਾ ਰਹੀ ਹੈ? ਪੰਚਾਇਤ ਕਰਵਾ ਦੀ ਜੀ।